ਜਿਹੜੇ ਪਟਿਆਲਾ ਦੇ ਵਿੱਚ ਸਵਰਨਿਮ ਜਿਹੜਾ ਵਿਜੇ ਦਿਵਸ 1971 ਦੇ ਜਿਹੜੇ ਵਾਰ ਸੀ ਉਹਦੇ ਉਹਨੂੰ ਮਨਾਇਆ ਜਾ ਰਿਹਾ ਅਤੇ ਸਾਡੇ ਨਾਲ ਜਿਹੜੇ ਉੱਥੋਂ ਦੇ ਜਿਨ੍ਹਾਂ ਨੇ ਲੜਾਈ ਲੜੀ ਸੀ 1971 ਦੀ ਸਾਡੇ ਨਾਲ ਮੌਜੂਦ ਨੇ MS ਤਰੋਤ ਜੀ। ਸਰ ਕੀ ਮਾਹੌਲ ਸੀ ਉਸ ਟਾਈਮ ਜਿਸ ਟਾਈਮ ਤੁਸੀਂ ਲੜਾਈ ਦੇ ਵਿੱਚ ਸੀ? ਦੇਖੋ ਤੁਹਾਨੂੰ ਪਤਾ ਹੀ ਹੈ ਜਦੋਂ ਲੜਾਈ ਤੋਂ ਪਹਿਲਾਂ ਜਦੋਂ ਦੋਨੋਂ ਕੰਟਰੀਆਂ ਦੇ ਵਿੱਚ ਕਾਫੀ ਟੈਨਸ਼ਨ ਹੋ ਜਾਂਦੀ ਹੈ। ਉਸ ਟਾਈਮ ਟੈਨਸ਼ਨ ਇਸ ਕਰਕੇ ਜ਼ਿਆਦਾ ਸੀ ਕਿ ਉਹ ਜਿਹੜਾ ਉਸ ਟਾਈਮ ਈਸਟ ਪਾਕਿਸਤਾਨ ਨਾਓ ਬੰਗਲਾਦੇਸ਼ ਉਹਦੇ 'ਚੋਂ ਰਿਫਿਊਜੀ ਬਹੁਤ ਆ ਰਹੇ ਸੀ ਅਤੇ ਸਾਡੇ ਕੰਟਰੀ ਦੇ ਉੱਤੇ ਸਟ੍ਰੇਨ ਸੀਗਾ। ਉਸ ਟਾਈਮ ਦੀ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਹੈ, ਉਸ ਟਾਈਮ ਦੀ ਗੌਰਮੈਂਟ ਨੇ ਇਹ ਸੋਚਿਆ ਕਿ ਵੀ ਇਹ ਅਸੀਂ ਜਿਹੜਾ ਹੈ ਸਟ੍ਰੇਨ ਦੂਜੀ ਪਾਪੂਲੇਸ਼ਨ ਇੰਨੀ ਸਾਡੇ ਕੋਲ ਮਾਈਗ੍ਰੇਟ ਹੋ ਕੇ ਆ ਰਹੀ ਹੈ, ਬੰਗਾਲ ਦੇ ਵਿੱਚ ਜਾ ਰਹੀ ਹੈ, ਅਸਾਮ 'ਚ ਜਾ ਰਹੀ ਹੈ, ਤ੍ਰਿਪੁਰਾ ਜਾ ਰਹੀ ਹੈ, ਸਾਰੇ ਉਹਨਾਂ ਸਟੇਟਾਂ 'ਚ ਜਾ ਰਹੇ ਨੇ, ਉਹਨਾਂ ਨੂੰ ਅਸੀਂ ਕਿਵੇਂ ਲੁੱਕ ਆਫਟਰ ਕਰਾਂਗੇ? ਉਹਨਾਂ ਜਿਹੜਾ ਬੰਗਲਾਦੇਸ਼ ਹੈ ਉਹਨਾਂ ਨੂੰ ਆਪਣੀ ਉਹ ਮੰਗ ਮੰਗ ਰਹੇ ਸੀ ਅਤੇ ਉਹਨਾਂ ਦਾ ਮੇਰਾ ਖਿਆਲ ਉਸ ਟਾਈਮ ਇਹ ਉਦੇਸ਼ ਸੀਗਾ ਕਿ ਉਹਨਾਂ ਨੂੰ ਆਪਣੀ ਆਜ਼ਾਦੀ ਮਿਲਣੀ ਚਾਹੀਦੀ ਹੈ ਅਤੇ ਉਹ ਆਪਣੇ ਹੀ ਦੇਸ਼ ਦੇ ਵਿੱਚ ਰਹਿਣ। ਇਸ ਕਰਕੇ ਹਿੰਦੁਸਤਾਨ ਗੌਰਮੈਂਟ ਨੇ ਉਸ ਟਾਈਮ ਇਹ ਇੱਕ ਡਿਸੀਜ਼ਨ ਲਿਆ ਕਿ ਇਸ ਕੰਟਰੀ ਨੂੰ ਅਸੀਂ ਲਿਬਰੇਟ ਕਰਾਈਏ। ਉਸ ਦੀ ਮੁਹਿੰਮ ਦੇ ਵਿੱਚ ਸਾਨੂੰ ਟਾਸਕ ਮਿਲੇ ਕਿ ਕਿੱਥੇ ਕਿੱਥੇ ਅਸੀਂ ਜਾ ਕੇ ਆਪਣੇ ਆਰਮੀ ਦੇ ਓਪਰੇਸ਼ਨ ਕਰਨੇ ਹੈ। ਸਾਡਾ ਕੰਮ ਜਿਹੜਾ ਸੀ, ਮੇਰੀ ਜਿਹੜੀ ਫੋਰਸ ਦੇ ਵਿੱਚ ਮੈਂ ਸੀਗਾ, ਮੈਂ ਹੈਲੀਕਾਪਟਰ ਦਾ ਪਾਇਲਟ ਸੀਗਾ, ਅਸੀਂ ਕ੍ਰਿਸ਼ਨਾ ਨਗਰ ਏਰੀਏ ਸੀ ਬੰਗਾਲ ਦੇ ਵਿੱਚ, ਉੱਥੋਂ ਅਸੀਂ ਜਾਣਾ ਸੀ ਚੌਗਾਛਾ, ਜਸੋਰ, ਖੁੱਲਣਾ, ਔਰ ਦੂਸਰਾ ਐਕਸਸ ਸੀ ਸਾਡਾ ਕਰੀਮਪੁਰ, ਜੀਵਨ ਨਗਰ, ਉਠਾਲੀ, ਦਰਸ਼ਨਾ, ਫਰੀਦਪੁਰ। ਅਤੇ ਇਸੇ ਵਿੱਚ ਕਾਫੀ ਦਿਨ ਇਹ ਕੰਮ ਚੱਲਦਾ ਰਿਹਾ, ਕਈ ਲੜਾਈਆਂ ਹੋਈਆਂ, ਉਹ ਇੰਨਾ ਮੈਂ ਹੁਣ ਡਿਟੇਲਸ ਤੁਹਾਨੂੰ ਦੱਸ ਨਹੀਂ ਸਕਦਾ, ਪਰ ਜਿਹੜੀ ਲੜਾਈ ਦੇ ਵਿੱਚ ਮੈਨੂੰ ਗੈਲੰਟਰੀ ਅਵਾਰਡ ਮਿਲਿਆ ਉਹ ਸੀ ਬੈਟਲ ਆਫ ਦਰਸ਼ਾਨਾ। ਦਰਸ਼ਾਨਾ ਦੇ ਵਿੱਚ ਪਾਕਿਸਤਾਨੀਆਂ ਨੇ ਪਤਾ ਲੱਗਿਆ ਸੀ ਕਿ 5-6 ਟੈਂਕ ਨੇ ਉੱਥੇ ਜਾਂ ਸ਼ਾਇਦ ਜ਼ਿਆਦਾ ਵੀ ਹੋਣ, ਅਤੇ ਬਹੁਤ ਡਿਫੈਂਸ ਜਿਹੜੀਆਂ ਨੇ ਸਟਰੋਂਗ ਡਿਫੈਂਸਿਸ ਬਣਾਈਆਂ ਹੋਈਆਂ ਨੇ, ਅਸੀਂ ਉਹਨਾਂ ਨੂੰ ਲੋਕੇਟ ਕਰਨਾ ਅਤੇ ਡਿਸਟਰੋਏ ਕਰਨਾ। ਅਤੇ ਮੈਨੂੰ ਟਾਸਕ ਮਿਲਿਆ, ਮੈਂ 10 ਦਸੰਬਰ ਦਾ ਮਹੀਨਾ ਸੀ, ਵਿਜੀਬਿਲਟੀ ਬਹੁਤ ਘੱਟ ਸੀ, ਅਤੇ ਲੋ ਫਲਾਈਂਗ ਕਰੀ ਜਦੋਂ ਤਾਂ ਮੇਰੇ 'ਤੇ 3-4 MNG ਦਾ ਫਾਇਰ ਆਇਆ, ਕੋਈ ਤਕਰੀਬਨ 250-300 ਦੇ ਵਿਚਕਾਰ ਗੋਲੀਆਂ ਹੈਲੀਕਾਪਟਰ 'ਚ ਲੱਗੀਆਂ। ਫੋਰਚੂਨੇਟਲੀ ਕੋਈ ਫਿਊਲ ਟੈਂਕ ਦੇ ਵਿੱਚ ਜਾਂ ਇੰਜਨ 'ਚ ਨਹੀਂ ਲੱਗੀ, ਪਰ ਫਿਰ ਵੀ ਮੈਂ ਆਪਣਾ ਜਿਹੜਾ ਸੀ ਆਰਟਲੀ ਦਾ ਫਾਇਰ ਉਹਨਾਂ ਦੇ ਉੱਤੇ ਟੈਂਕਾਂ ਦੇ ਉੱਤੇ ਲੋਕੇਟ ਕਰ ਲਏ। 5 ਟੈਂਕ ਸੀ ਉਹਨਾਂ ਦੇ, 4 ਟੈਂਕ ਨੂੰ ਮੈਂ ਬਿਲਕੁਲ ਮੇਰੇ ਫਾਇਰ ਦੇ ਨਾਲ ਡਿਸਟਰੋਏ ਹੋ ਗਏ, ਅਤੇ 5ਵਾਂ ਟੈਂਕ ਜਿਹੜਾ ਸੀ ਉਹ ਉੱਥੋਂ ਨਿਕਲ ਗਿਆ। ਅਤੇ ਇਸ ਤੋਂ ਬਾਅਦ ਸ਼ਾਮ ਤੱਕ ਜਿਹੜੀ ਉਹਨਾਂ ਦੀ ਇਨਫੈਂਟਰੀ ਜਾਂ ਬਾਕੀ ਹੋਰ ਟੁਕੜੀਆਂ ਸੀਆਂ ਉਹ ਵੀ ਖਾਲੀ ਹੋ ਗਈਆਂ, ਅਤੇ ਅਸੀਂ ਦਰਸ਼ਾਨਾ ਜਿਹੜਾ ਸੀ ਕੈਪਚਰ ਕਰ ਲਿਆ। ਇਸ ਓਪਰੇਸ਼ਨ ਵਾਸਤੇ ਮੈਨੂੰ ਸੈਨਾ ਮੈਡਲ ਗੈਲੰਟਰੀ ਦਿੱਤਾ ਗਿਆ। ਸਰ ਗੱਲ ਕੀਤੀ ਜਾਵੇ ਆਰਮੀ ਦੇ, ਬਹੁਤ ਹੀ ਵਧੀਆ 1971 ਦੇ ਵਿੱਚ ਜੰਗ ਜਿਹੜੀ ਆਪਾਂ ਜਿੱਤੀ ਹੈ, ਉਸ ਤੋਂ ਬਾਅਦ ਕਾਰਗਿਲ ਜੰਗ ਵੀ ਹੋਈ, ਅਤੇ ਕਿਤੇ ਨਾ ਕਿਤੇ ਦਿਖਦਾ ਲੱਗਦਾ ਨਹੀਂ ਕਿ ਜਿਹੜੇ ਆਰਮੀ ਮੈਨ ਨੇ ਉਹਨਾਂ ਨੂੰ ਵਧੀਆ ਸਨਮਾਨ ਮਿਲਣਾ, ਹੋਰ ਵੀ ਵਧੀਆ ਮਿਲਣਾ ਚਾਹੀਦਾ? ਮੇਰਾ ਖਿਆਲ ਹੈ ਗੌਰਮੈਂਟ ਕੋਈ ਵੀ ਆਵੇ, ਸਾਨੂੰ ਪੋਲੀਟੀਕਲ ਪਾਰਟੀ ਦਾ ਕੋਈ ਮਤਲਬ ਨਹੀਂ ਹੈ, ਗੌਰਮੈਂਟ ਕੋਈ ਵੀ ਆਵੇ ਉਹਨੂੰ ਜਿਹੜੀ ਸਾਡੀ ਆਰਮਡ ਫੋਰਸਿਸ ਨੇ ਉਹਨਾਂ ਨੂੰ ਪ੍ਰੋਪਰਲੀ ਲੁੱਕ ਆਫਟਰ ਕਰਨਾ ਚਾਹੀਦਾ, ਉਹਨਾਂ ਦੀਆਂ ਸੈਲਰੀਜ਼ ਠੀਕ ਹੋਣੀਆਂ ਚਾਹੀਦੀਆਂ, ਬਾਕੀ ਫੈਸਿਲਿਟੀਜ਼ ਠੀਕ ਹੋਣੇ, ਇਕੁਪਮੈਂਟ ਠੀਕ ਮਿਲਣਾ ਚਾਹੀਦਾ, ਗਨਸ ਲੇਟੈਸਟ ਹੋਣੀਆਂ ਚਾਹੀਦੀਆਂ, ਟੈਂਕਸ ਲੇਟੈਸਟ ਹੋਣੇ ਚਾਹੀਦੇ ਨੇ, ਜਹਾਜ਼ ਲੇਟੈਸਟ ਹੋਣੇ ਚਾਹੀਦੇ ਨੇ, ਸ਼ਿਪ ਜਿਹੜੇ ਆ ਉਹ ਵੀ ਲੇਟੈਸਟ ਹੋਣੇ ਚਾਹੀਦੇ ਆ, ਅਤੇ ਪੈਨਸ਼ਨਾਂ ਵਗੈਰਾ ਜਿਹੜੀਆਂ ਨੇ ਫੌਜੀਆਂ ਨੂੰ ਜਦੋਂ ਆਉਂਦੇ ਨੇ ਉਹ ਠੀਕ ਮਿਲਣੀਆਂ ਚਾਹੀਦੀਆਂ, ਔਰ ਜਿਹੜੇ ਵੈਟਰਨ ਜਦੋਂ ਫੌਜ ਤੋਂ ਬਾਅਦ ਆਉਂਦੇ ਨੇ ਉਹਨਾਂ ਨੂੰ ਸਿਵਲ ਦੇ ਵਿੱਚ ਵੀ ਨੌਕਰੀਆਂ ਪ੍ਰੋਪਰ ਤਰੀਕੇ ਨਾਲ ਮਿਲਣੀਆਂ ਚਾਹੀਦੀਆਂ, ਕਿਉਂਕਿ ਜਵਾਨ ਜਿਹੜਾ ਉਹ 35 ਸਾਲ ਦੀ ਉਮਰ 'ਚ ਪੈਨਸ਼ਨ 'ਤੇ ਆ ਜਾਂਦਾ, ਉਹਦੀ ਹਾਲੇ ਤਾਂ ਅੱਧੀ ਤੋਂ ਜ਼ਿਆਦਾ ਉਮਰ ਹੋਰ ਪਈ ਹੁੰਦੀ ਹੈ। ਸਪੈਸ਼ਲੀ ਜਵਾਨਾਂ ਵਾਸਤੇ ਗੌਰਮੈਂਟ ਨੂੰ ਹੋਰ ਬਹੁਤ ਕੁਛ ਕਰਨਾ ਪਏਗਾ ਔਰ ਕਰਨਾ ਚਾਹੀਦਾ। ਗੱਲ ਕਿਤੇ ਵਨ ਪੈਨਸ਼ਨ ਵਨ ਰੈਂਕ ਦੀ ਵੀ ਕਰੀ ਜਾ ਰਹੀ, ਕੋਈ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਲੇਟ ਕਰ ਦਿੱਤਾ ਇਸ ਨੂੰ? ਲੇਟ ਵੀ ਕਰ ਦਿੱਤਾ ਹੈ, ਜਿਹੜਾ ਵਨ ਰੈਂਕ ਵਨ ਪੈਨਸ਼ਨ ਦੀ ਡੈਫੀਨੇਸ਼ਨ ਸੀ ਜਿਹੜੀ ਮਿਲਣੀ ਚਾਹੀਦੀ ਸੀ ਵਨ ਰੈਂਕ ਵਨ ਪੈਨਸ਼ਨ, ਉਹ ਨਹੀਂ ਮਿਲੀ ਹੈ। ਗੌਰਮੈਂਟ ਨੇ ਵਾਅਦਾ ਕੀਤਾ ਸੀ, ਉਹ ਵਾਅਦਾ ਪੂਰਾ ਨਹੀਂ ਕੀਤਾ। ਗੌਰਮੈਂਟ ਨੂੰ ਮੈਂ ਅਪੀਲ ਕਰਾਂਗਾ ਕਿ ਉਹਨਾਂ ਨੂੰ ਵਾਅਦਾ ਪੂਰਾ ਕਰਨਾ ਚਾਹੀਦਾ। ਹੁਣ ਅੱਜ ਤੁਹਾਨੂੰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ, ਅਤੇ ਹੋਰ ਕਿਹੜੇ ਕਿਹੜੇ ਜਿਹੜੇ ਤੁਹਾਡੇ ਨਾਲ ਸੀ ਉਹਨਾਂ ਨੂੰ ਕਿਹਨਾਂ ਕਿਹਨਾਂ ਨੂੰ ਸਨਮਾਨ ਕੀਤਾ ਹੈ? ਦੂਜੇ ਕਰਨਲ ਜਿੰਦ ਨੂੰ ਸਨਮਾਨ ਕੀਤਾ ਗਿਆ, ਹੋਰ ਵੀ ਬਾਕੀ ਵੈਟਰਨ ਕਾਫੀ ਆਏ ਸੀਗੇ, ਜਦੋਂ ਇੱਥੇ ਬੁਲਾਇਆ ਸਾਨੂੰ ਉਹ ਸਨਮਾਨ ਹੀ ਸਮਝੋ ਸਾਰਿਆਂ ਨੂੰ ਕੀਤਾ ਗਿਆ। ਠੀਕ ਹੈ, ਇਸ ਨਾਲ MS ਤੁਲਤ ਜੀ ਜਿਹਨਾਂ ਦਾ ਕਹਿਣਾ ਕਿ ਸਾਨੂੰ ਪੂਰਾ ਮਾਣ ਸਨਮਾਨ ਨਾਲ ਇੱਥੇ ਸਨਮਾਨਿਤ ਕੀਤਾ ਗਿਆ ਪਟਿਆਲਾ ਦੇ ਵਿੱਚ। ਪਟਿਆਲਾ ਤੋਂ ਕੈਮਰਾਮੈਨ ਦੀਪਕ ਦੇ ਨਾਲ ਕੁਲਿੰਦਰ ਘੁੰਮਣ ਦੀ ਰਿਪੋਰਟ। All World Open Challenge 17 time gold medalist Mia Rafiq Mohammed Pandit Maulvi Begum Tantrik inna chora thagga to savdan specialist Vashikaran satta number love marriage pati patni ch anban videsh ch pakka hona karobar da na chalna sirf 31 ghantiyan vich samadhan free 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 Mia Rafiq Mohammed mobile 84374 94647 84374 94648।
ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਜ਼।